ਜਾਂਦਾ ਨਾ ਭਾਈ ਉਹ 4:20 ਦਾ ਫੋਨ ਕੀਤਾ ਜੀ, 4:25 ਦਾ ਇੱਥੇ ਪੁੱਜ ਕੇ ਆ ਕੇ ਮੌਕੇ ਤੇ ਅੱਗ ਦਾ ਕੰਟਰੋਲ ਪਾਇਆ। ਪਿੱਛੋਂ ਟਰਾਲੀ ਆ ਰਹੀ, ਕਿਤੇ ਰਸਤੇ 'ਚ ਇਹਨੂੰ ਅੱਗ ਲੱਗੀ। ਇੱਥੇ ਪੁੱਲ ਤੇ ਆ ਕੇ ਲੋਕਾਂ ਦੱਸਿਆ ਜਾਂਦਾ ਇੱਥੇ ਖਲਿਆਰ ਤੇ ਬੱਬਿਆ ਯਾਰ ਨਹਿਰ ਵਾਲਾ ਪੁੱਲ ਆ ਜੀ। ਕਿੰਨਾ ਕੁ ਨੁਕਸਾਨ ਆ? ਨੁਕਸਾਨ ਇਹੋ ਸੜਿਆ ਜੀ, ਜਿਹੜਾ ਆਪਣੇ ਪਰਾਲੀ ਦਾ ਕਦੇ ਪਹੁੰਚ ਗਏ ਗੱਡੀ ਦਾ ਕੰਟਰੋਲ ਕਰ ਲਿਆ। ਕਣਕਾਂ ਜੀ, ਕਣਕ ਦਾ ਬਚਾਅ ਕੀਤਾ ਜੀ, ਕਣਕ ਕਮਾਦ ਇੱਕ ਗੱਡੀ ਆਈ ਆ, ਦੂਜੀ ਆ ਰਹੀ ਆ ਜੀ। ਮੇਰਾ ਨਾਂ ਹੀਰਾ ਸਿੰਘ ਆ ਜੀ, ਬੱਬੇ ਵਾਲੀ ਪਿੰਡ ਆ। ਅਸੀਂ ਵੀ ਇੱਥੇ ਬੈਠੇ ਸੀਗੇ ਜਦੋਂ ਮਤਲਬ ਇਹ ਅੱਗ ਲੱਗੀ ਆ, ਤੇ ਅਸੀਂ ਉਸੇ ਵੇਲੇ ਗੱਡੀ ਨੂੰ ਫੋਨ ਕਰਤਾ ਵਾ ਤੇ 5 ਮਿੰਟ 'ਚ ਗੱਡੀ ਆ ਗਈ ਆ ਤੇ ਅੱਗ ਤੇ ਕਾਬੂ ਪਾ ਲਿਆ ਗਿਆ। ਆਪਣੇ ਟਰੈਕਟਰ ਜਿਹੜਾ ਵਾ ਉਹ ਲਾਤਾ, ਹਿਲਵਾਤਾ ਸੀ ਨਾਲ ਟਰਾਲੀ ਨਾਲ, ਜਿਹੜੀ ਗੱਤਾ ਮਿਲ 'ਚ ਪਰਾਲੀ ਜਾਂਦੀ ਆ। ਨੁਕਸਾਨ ਟਰਾਲੀ ਦਾ ਹੋਇਆ ਵਾ, ਟਰੈਕਟਰ ਦੇ ਨਾਲ ਲੱਥ ਗਿਆ ਤੇ ਉਹ ਡਰਾਈਵਰ ਵੀ ਬਚਾ ਹੋ ਗਿਆ। ਸੈਫ ਅਲੀ ਭਾਈ ਨਾਂ ਮੇਰਾ, ਸੈਫ ਅਲੀ ਭਾਈ ਸਠਿਆਲੀ ਭਰੀ ਟਰਾਲੀ ਪਰਾਲੀ ਦੀ, ਵੇ ਲੈ ਜਾਣ ਦੇ ਪਠਾਨਕੋਟ ਅੱਗ ਲੱਗ ਗਈ ਮੈਂ ਦੱਸਿਆ ਜੀ। ਤੇ ਹੁਣ ਲੇਟ ਪਹੁੰਚੀ ਬਾਈ, ਪਹੁੰਚ ਤੇ ਗਈ। ਨੁਕਸਾਨ ਤਾਂ ਵਾਹਵਾ ਬਾਈ, 1.5-2 ਲੱਖ ਦਾ, 2.5 ਲੱਖ ਦੇ ਲੱਗ ਜਾ ਕੇ ਟਾਇਰ ਸੜ ਗਿਆ ਬਾਈ, ਟਰਾਲਾ ਪਰਾਲੀ ਰਸਤੇ ਨਹੀਂ ਬਾਈ ਕਿਰਾਏ